जिला गुरदासपुर के बटाला के पास के गांव हरदान में दाखिल होते ही जब शब्द कीर्तन की मीठी आवाज आपके कानों में पड़ती है तो ये आपको रूह को आनंद का एहसास करवा जाती है। श्री दरबार साहब अमृतसर के चलते गुरवाणी कीर्तन का गांव हरदान के निवासी सीधे प्रसारण के द्वारा अपने ही घर में आनंद मान रहे हैं। गुरदासपुर से सुखवीर सोखी। बहुत ही वधिया साडे पिंड दा काम कीता सरपंच साहब ने और सारे पिंड दे विच लाइव प्रोग्राम आ रहे ने। अभी चाहते हैं सगो होर भी गुरद्वारा जिथे कोई लाइव प्रोग्राम होंगे वह भी नाले दे आया करे। बाकी पिंड कि कर बाकी पिंड भी चाहिए वह भी सारे इस तरह कर गुरद्वारे पिंड बहुत खुश ने सरपंच साहब से बहुत शलाघाजोग काम किया बहुत वधिया जी बहुत वधिया शलाघाजोग सरपंच साहब का कदम है। हाँ जी हाँ जी सवेरे शाम दरबार साहब तो बाणी आँगी। हाँ जी हाँ जी लोग सुनते हैं दो घंटे शाम में दो सवेरे सारे। हाँ जी सर साढ़े नगर च ये जो स्पीकर लगे ने इतने दरबार साहब तो बाणी आँगी है सवेर शाम। अं चाहते हैं कि बाकी भी जेडे गुरधामा ने इतिहास इतिहासिक गुरद्वारे ने उन्होंने तो भी बाणी सवेर शाम इस तरह ही गुरद्वारा साहब हर पिंड स्पीकर लगन तो बाणी चले। मेरे मन की विचार बनी कि मैं पिंड की संगत नाल और पंचायत नाल सांझे तौर पर गलबात की भी ये जे आप दरबार साहब लाई पिंड के दुआले चला जाइए तो तुहाडी की राय आ पिंडियां बहुत हाथ खड़े करके नारे दे के सानू कहा भी जरूर करो तो ये मैं तीन कु महीने तो यह काम जरा दरबार साहब लाइव चलाया और पिंड भी 100% ये नहीं कह सकता 90 या 95% 100% इस गलते पिंड मेरा बिल्कुल खुश है कि बहुत वधिया शलाघाजोग कदम है। ਤੁਹਾਡੇ ਮਨ 'ਚ ਕਿੱਦਾਂ ਵਿਚਾਰ ਆਇਆ ਵੀ ਇਹ ਕੰਮ ਕਰਨਾ? ਮੇਰੇ ਮਨ 'ਚ ਵਿਚਾਰ ਇਸ ਤਰ੍ਹਾਂ ਆਇਆ ਵੀ ਬਾਕੀ ਗਲੀਆਂ ਨਾਲੀਆਂ ਤਾਂ ਆਪਾਂ ਸ਼ੁਰੂ ਤੋਂ ਸੰਨ 47 ਤੋਂ ਬਣਦੀਆਂ ਆ ਰਹੀਆਂ ਨੇ ਅਤੇ ਚਲੋ ਉਹ ਵੀ ਮੇਰਾ ਵਿਚਾਰ ਆ ਥੋੜ੍ਹਾ ਪਿੰਡ ਦੇ ਅੰਦਰ ਗਲੀਆਂ ਨੇ ਬਹੁਤ ਟੌਪ ਦੀਆਂ ਬਣੀਆਂ ਹੋਈਆਂ ਨੇ ਸਾਰਾ ਕੁਛ ਪਿੰਡ ਦਾ ਪੱਕਾ ਹੈ ਬਾਹਰ ਥੋੜ੍ਹਾ ਜਿਹਾ ਸੀਵਰੇਜ ਦਾ ਕੰਮ ਹੈ ਸਭ ਤੋਂ ਪਹਿਲਾਂ ਮੈਂ ਸੋਚਿਆ ਵੀ ਚਲੋ ਗੁਰਬਾਣੀ ਤੋਂ ਸ਼ੁਰੂਆਤ ਕਰਦੇ ਹਾਂ ਅਤੇ ਉਹ ਸੀਵਰੇਜ ਦਾ ਕੰਮ ਹੁਣ ਆਪਾਂ ਥੋੜ੍ਹੇ ਜਿਹੇ ਟਾਈਮ 'ਚ ਕਰ ਰਹੇ ਹਾਂ ਅਤੇ ਮਨ 'ਚ ਸਭ ਤੋਂ ਪਹਿਲਾਂ ਹੋਇਆ ਵੀ ਗੁਰੂ ਸਾਹਿਬ ਦਾ ਨਾਂ ਤੋਂ ਹੀ ਸ਼ੁਰੂਆਤ ਹੋਵੇ। ਹੋਰ ਅੱਗੇ ਤੁਸੀਂ ਕੀ ਕਰਨਾ ਚਾਹੋਗੇ ਪਿੰਡ 'ਚ? ਪਿੰਡ 'ਚ ਮੇਰੇ ਵੱਲੋਂ ਤਾਂ ਇਹ ਮਨ ਦੀ ਵਿਚਾਰ ਸੀ ਮੈਂ ਪਿੰਡ ਦੇ ਦੁਆਲੇ ਇੱਕ ਤਰੀਕੇ ਦਾ ਇੱਕ ਰੰਗ ਕਰਾਂ ਸਾਰੇ ਪਿੰਡ 'ਤੇ ਆਲੇ ਦੁਆਲੇ ਔਰ ਪਿੰਡ ਨੂੰ ਇਹੋ ਜਿਹਾ ਸੁੰਦਰ ਬਣਾਵਾਂ ਵੀ ਲੋਕ ਆਣ ਕੇ ਵੇਖਣ ਹਰਦਾਨ ਪਿੰਡ ਕਿਸ ਤਰ੍ਹਾਂ ਦਾ ਪਿੰਡ ਹੈ। ਅਤੇ ਕੀ ਕਹਿਣਾ ਚਾਹੁੰਦੇ ਬਾਕੀ ਪਿੰਡਾਂ ਵਾਲਿਆਂ ਨੂੰ? ਹਾਂਜੀ ਬਾਕੀ ਪਿੰਡਾਂ ਵਾਲਿਆਂ ਨੂੰ ਮੈਂ ਇਹੋ ਕਹਿਣਾ ਚਾਹੁੰਦਾ ਸਰਕਾਰ ਜਿਸ ਜਿਸਾ ਤੁਹਾਨੂੰ ਪੈਸਾ ਦਿੰਦੀ ਆ ਉਸ ਪੈਸੇ ਦੀ ਕਦਰ ਕੀਮਤ ਜਾਣ ਕੇ ਅਤੇ ਚੰਗੇ ਤਰੀਕੇ ਨਾਲ ਜਿੱਥੇ ਲਾਉਣ ਯੋਗ ਹੈ ਪੈਸਾ ਉਹ ਲਾਇਆ ਜਾਵੇ ਔਰ ਇਹਦਾ ਜੇ ਤੁਹਾਨੂੰ ਲੋਕਾਂ ਨੇ 5 ਸਾਲ ਪਿੰਡਿਆਂ ਨੇ ਦਿੱਤੇ ਨੇ ਅਤੇ ਆਪਾਂ 5 ਸਾਲ ਚੰਗੇ ਤਰੀਕੇ ਨਾਲ ਕੰਮ ਕਰਕੇ ਅਤੇ ਆਪਾਂ ਅਗਾਂਹ ਵਧੂ ਕੰਮ ਕੋਈ ਦੱਸੀਏ ਲੋਕਾਂ ਨੂੰ। ਕਿੰਨਾ ਕੁ ਖਰਚਾ ਆ ਗਿਆ ਇਸ ਸਾਰੇ ਪ੍ਰੋਜੈਕਟ 'ਤੇ? ਇਸ ਪ੍ਰੋਜੈਕਟ 'ਤੇ ਸਾਡਾ ਕੋਈ 45,000 ਰੁਪਈਏ ਦੇ ਕਰੀਬ ਖਰਚਾ ਆਇਆ ਬਹੁਤ ਜ਼ਿਆਦਾ ਖਰਚਾ ਨਹੀਂ। ਤੁਸੀਂ ਕਿੱਦਾਂ ਚਾਲੂ ਕੀਤਾ ਸਿਸਟਮ ਜਾਂ ਤੁਸੀਂ ਦਰਬਾਰ ਸਾਹਿਬ ਦਾ ਕੀਤਾ ਕਿੱਦਾਂ ਹੋਇਆ? ਦਰਬਾਰ ਸਾਹਿਬ ਫਿਲਹਾਲ ਤਾਂ ਆਪਾਂ ਪਹਿਲਾਂ ਮੰਗਵਾਇਆ ਸੀ ਇੱਕ ਔਨਲਾਈਨ ਰੇਡੀਓ ਉਹਦੇ ਤੋਂ 5 ਤਖਤ ਔਰ ਦਰਬਾਰ ਸਾਹਿਬ ਲਾਈਵ ਸੀ ਉਹ ਕੁਝ ਤਕਨੀਕੀ ਖਰਾਬੀ ਕਰਕੇ ਅਤੇ ਉਹ ਲੇਟ ਹੋ ਗਿਆ ਸਾਡਾ। ਉਹ ਥੋੜ੍ਹੇ ਦਿਨਾਂ 'ਚ ਆਉਣ ਵਾਲੇ ਸਮੇਂ 'ਚ ਜਿੰਨੇ ਤਖਤ ਨੇ ਸਾਰੇ ਤਖਤਾਂ ਤੋਂ ਗੁਰਬਾਣੀ ਚੱਲੇਗੀ ਔਰ ਦਰਬਾਰ ਸਾਹਿਬ ਇਹ ਹਲੇ ਚੱਲ ਰਿਹਾ ਅਤੇ ਉਹ ਵੀ ਆਉਣ ਵਾਲੇ ਸਮੇਂ 'ਚ 5 ਤਖਤ ਹੀ ਚੱਲਣਗੇ। ਹਾਂਜੀ ਮਾਤਾ ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਕੁਲਦੀਪ ਕੌਰ ਜੀ। ਮਾਤਾ ਜੀ ਗੁਰਬਾਣੀ ਚੱਲਦੀ ਪਈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਬਹੁਤ ਵਧੀਆ ਬਹੁਤ ਆਨੰਦ ਆਉਂਦਾ ਸਾਨੂੰ ਸੁਣਦੇ ਹਾਂ ਬਹੁਤ ਖੁਸ਼ ਹਾਂ ਅਸੀਂ। ਸਰਪੰਚ ਸਾਹਿਬ ਨੇ ਚੰਗਾ ਕੰਮ ਕੀਤਾ? ਬਹੁਤ ਵਧੀਆ ਕੰਮ ਕੀਤਾ ਸਰਪੰਚ ਸਾਹਿਬ ਨੇ ਸਾਡੇ ਸਰਪੰਚ ਨੇ ਬਹੁਤ ਵਧੀਆ ਕੀਤਾ ਜੋ ਵੀ ਕੀਤਾ। ਤੁਸੀਂ ਖੁਸ਼ ਹੋ ਤੋਂ? ਅਸੀਂ ਬਹੁਤ ਖੁਸ਼ ਹਾਂ। ਅਤੇ ਕਿੰਨੀ ਕੁ ਦੇਰ ਚੱਲਦੀ ਜੀ ਗੁਰਬਾਣੀ? ਅੱਗੇ ਚੱਲਦੀ ਸਾਰਾ ਦਿਨ ਵੀ ਚੱਲਦੀ ਰਹਿੰਦੀ ਹੈ। ਅਸੀਂ ਤਾਂ ਸੁਣਨੇ ਬੜੇ ਮੈਂ ਆਨੰਦ ਨਾਲ ਸੁਣਨ ਵਾਲੇ ਹਾਂ ਬੈਠੀ ਹਾਂ ਇੱਥੇ ਘਰ ਬੈਠੇ ਹੀ ਦਰਬਾਰ ਸਾਹਿਬ ਦੇ ਤੁਸੀਂ ਕਿੱਦਾਂ ਸੁਣ ਰਹੇ ਹੋ? ਆਨੰਦ ਮਾਣ ਰਹੇ? ਬਹੁਤ ਵਧੀਆ ਕੀਰਤਨ ਸੁਣਨੇ ਆ ਗੁਰਬਾਣੀ ਦਾ ਬਹੁਤ ਮਜ਼ਾ ਆਉਂਦਾ ਸੁਣਨਾ। ਸੁਰਿੰਦਰ ਕੌਰ ਤੁਹਾਡੀ ਗੁਰਬਾਣੀ ਚੱਲਦੀ ਪਈ ਤੁਹਾਡੇ ਪਿੰਡ 'ਚ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਾ ਜੀ? ਬਹੁਤ ਵਧੀਆ ਲੱਗਦਾ। ਕੀ ਕਹਿਣਾ ਚਾਹੁੰਦੇ ਤੁਸੀਂ? ਬਸ ਇਹੀ ਕਹਿਣਾ ਚਾਹੁੰਦੇ ਹਾਂ ਵੀ ਇਹ ਚੱਲਦਾ ਤਾਂ ਬਹੁਤ ਵਧੀਆ ਲੱਗਦਾ ਦਰਬਾਰ ਸਾਹਿਬ ਹੁੰਦੀ ਆ ਬਹੁਤ ਵਧੀਆ ਚੱਲਦੀ। ਚੰਗਾ ਕੰਮ ਕੀਤਾ ਸਰਪੰਚ? ਹਾਂਜੀ ਇਹ ਬਹੁਤ ਵਧੀਆ ਕੰਮ ਕੀਤਾ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਬਾਕੀ ਪਿੰਡਾਂ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਬਾਕੀ ਪਿੰਡਾਂ ਨੂੰ? ਇਹੋ ਕਹਿਣਾ ਚਾਹੁੰਦੇ ਆ ਵੀ ਉਹ ਵੀ ਇੱਦਾਂ ਦੇ ਸਾਰੇ ਸਰਪੰਚ ਇੱਦਾਂ ਦੇ ਕੰਮ ਕਰਿਆ ਕਰਨ ਅਤੇ ਇੱਦਾਂ ਦੇ ਵਧੀਆ ਕੰਮ ਚੱਲਣ ਗੁਰਬਾਣੀ ਚੱਲਦੀ ਰਿਹਾ ਕਰੇ ਅਤੇ ਬਸ ਇਸ ਤਰ੍ਹਾਂ ਆਨੰਦ ਆਉਂਦਾ ਰਹੇ।